ਫਿਰ ਮਾਸ਼ਾਅੱਲਾ ਟੈਰਸ ਤੇ ਆਏ ਆ। ਮਾਸ਼ਾਅੱਲਾ ਜੀ, ਪਰਾਠਾ ਆ ਗਿਆ। ਅਸਲਾਮ ਅਲੈਕੁਮ, ਮੈਂ ਤੁਹਾਡੀ ਭੈਣ ਪੰਜਾਬੀ ਪਠਾਣੀ, ਤੁਸੀਂ ਦੇਖ ਰਹੇ ਮੇਰੇ ਯੂਟਿਊਬ ਚੈਨਲ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ। ਇਸੇ ਦੁਆ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਵਲੋਗ। ਵੈਸੇ ਤਾਂ ਨਾ ਮੈਂ ਜ਼ਿਆਦਾ ਨਾ ਸਾਲਣ ਜਿਹੜਾ ਵਾ ਨਾ ਉਹ ਮੈਂ ਉੱਪਰ ਹੀ ਬਣਾਉਂਦੀ ਸੀਗੀ, ਲੇਕਿਨ ਹੁਣ ਇੱਥੇ ਨਾ ਸਿਲੰਡਰ ਕਿਤੇ ਰੱਖਿਆ ਵਾ, ਹੁਣ ਨਾ ਇੱਥੇ ਮੈਂ ਬਣਾਉਂਦੀ ਨਾ ਸਾਲਣ ਵੀ। ਸੁਬਹਾ ਨਾਸ਼ਤਾ ਵਗੈਰਾ ਕਦੀ ਬਹੂ ਸਾਡੀ ਉੱਪਰ ਬਣਾ ਲੈਂਦੀ ਆ ਨਾਸ਼ਤਾ, ਕਦੀ ਨੀਚੇ, ਅਤੇ ਮੈਂ ਤਾਂ ਉੱਪਰ ਸਿੱਧੀ ਹਾਂ, ਜਾ ਨਹੀਂ ਸਕਦੀ। ਮਾਸ਼ਾਅੱਲਾ ਘਿਓ ਜਿਹੜਾ ਵਾ ਨਾ ਉਹ ਮੈਂ ਪਾ ਲਿਆ ਵਾ, ਜਿਵੇਂ ਕਿ ਮੈਂ ਪਿਆਜ਼ ਕੱਟਾਂਗੀ। ਪਿਆਜ਼ ਅਤੇ ਘੀਆ ਤੋਰੀ ਜਿਹੜੀ ਹੈ ਨਾ ਉਹ ਮੈਂ ਕੱਚੀ ਪਾ ਲਈ ਹੈ, ਅਤੇ ਨਾਲ ਦੂਸਰਾ ਹਰੀਆਂ ਮਿਰਚਾਂ ਅਤੇ ਟਮਾਟਰ ਵੀ ਨਾਲ ਹੀ ਪਾਵਾਂਗੇ। ਸਾਡੇ ਘਰ ਦੀ ਰੂਟੀਨ ਨਾਲ ਤਾਂ ਮੈਂ ਘੀਆ ਤੋਰੀ ਇਸ ਤਰ੍ਹਾਂ ਬਣਾਉਂਦੀ ਹਾਂ, ਪਤਾ ਨਹੀਂ ਕੋਈ ਲੋਕ ਜਿਹੜੇ ਆ ਨਾ ਮਸਾਲਾ ਭੁੰਨ ਕੇ ਘੀਆ ਤੋਰੀ ਨਾ ਮਸਾਲੇ ਦੇ ਵਿੱਚ ਪਾਉਂਦੇ ਆ, ਅਤੇ ਮੈਂ ਤਾਂ ਹਮੇਸ਼ਾ ਜਦੋਂ ਵੀ ਘੀਆ ਤੋਰੀ ਬਣਾਈ ਨਾ ਇਸ ਤਰ੍ਹਾਂ ਬਣਾਉਂਦੀ ਹਾਂ ਜੀ। ਨਮਕ ਜਿਹੜਾ ਵਾ ਨਾ ਉਹ ਮੈਂ ਨਾਲ ਹੀ ਪਾ ਲਵਾਂਗੀ, ਅਤੇ ਬਾਕੀ ਜਿਹੜੇ ਮਸਾਲੇ ਆ ਨਾ ਥੋੜ੍ਹਾ ਜਿਹਾ ਨਾ ਇਹਨੂੰ ਉਹਦੇ ਵਿੱਚ ਭੁੰਨ ਲਵਾਂ ਨਾ, ਅਤੇ ਉਸ ਤੋਂ ਬਾਅਦ ਬਾਕੀ ਦੇ ਮਸਾਲੇ ਪਾਵਾਂਗੀ। ਅਤੇ ਇਹਦੇ ਵਿੱਚ ਮੈਂ ਨਮਕ ਪਾ ਲਿਆ ਵਾ, ਨਾਲ ਦੇ ਨਾਲ ਪੱਕਦਾ ਰਹੇਗਾ, ਅਤੇ ਇੱਧਰ ਨਾ ਲਸਣ ਜਿਹੜਾ ਵਾ ਨਾ ਉਹ ਮੈਂ ਕੁੱਟ ਲੈਂਦੀ ਹਾਂ। ਇਹਦੇ ਵਿੱਚ ਨਾ ਥੋੜ੍ਹੀ ਜਿਹੀ ਕਾਲੀ ਮਿਰਚ ਪਾਵਾਂਗੇ, ਅਤੇ ਥੋੜ੍ਹੀ ਜਿਹੀ ਹਲਦੀ ਪਾਵਾਂਗੇ, ਅਤੇ ਹਲਕਾ ਜਿਹਾ ਨਾ ਗਰਮ ਮਸਾਲਾ। ਬਸ ਇਹਦੇ ਵਿੱਚ ਬਾਕੀ ਮਸਾਲੇ ਮੈਂ ਕੁਛ ਵੀ ਨਹੀਂ ਪਾਉਣਾ, ਅਤੇ ਸੁੱਕਾ ਧਨੀਆ ਤਾਂ ਵੈਸੇ ਸਾਡਾ ਖਤਮ ਹੋਇਆ, ਅਤੇ ਇਹ ਨਾ ਹੁਣ ਇਹਨਾਂ ਨੂੰ ਮਸਾਲਿਆਂ ਨੂੰ ਮਿਕਸ ਕਰਾਂਗੇ, ਅਤੇ ਚੁੱਲ੍ਹਾ ਜਿਹੜਾ ਵਾ ਨਾ ਉਹਨੂੰ ਬਿਲਕੁਲ ਹਲਕਾ ਰੱਖੂੰਗੀ, ਹਲਕੀ ਆਗ 'ਤੇ ਨਾ ਮੈਂ
ਘੀਆ ਤੋਰੀ ਬਣਾਵਾਂਗੀ ਕਿਉਂ ਘੀਆ ਤੋਰੀ ਨਾ ਆਪਣਾ ਪਾਣੀ ਜਿਹੜਾ ਵਾ ਨਾ ਉਹ ਦੂਸਰਾ ਛੱਡ ਦਿੱਤਾ ਇਹ ਹੁਣ ਇਹੀ ਪਾਣੀ ਦੇ ਵਿੱਚ ਨਾ ਪੱਕ ਜਾਣਾ ਵਾ ਘੀਆ ਤੋਰੀ ਪੱਕ ਜਾਣੀ ਆ ਅੱਗ ਜਿਹੜੀ ਆ ਨਾ ਉਹ ਮੈਂ ਬਿਲਕੁਲ ਹੀ ਚੁੱਲ੍ਹਾ ਮੱਠਾ ਰੱਖਾਂਗੀ ਬਸ ਇੰਨੀ ਅੱਗ 'ਤੇ ਨਾ ਘੀਆ ਤੋਰੀ ਪਕਾਵਾਂਗੀ ਆਪਣੇ ਭੈਣਾਂ ਭਰਾਵਾਂ ਨਾਲ ਸ਼ੇਅਰ ਕਰਾਂਗੀ ਬੜੇ ਮਜ਼ੇ ਦੀ ਘੀਆ ਤੋਰੀ ਬਣਦੀ ਆ ਇਸ ਤਰ੍ਹਾਂ ਜੀ ਮਾਸ਼ਾਅੱਲਾ ਸਾਲਣ ਜਿਹੜਾ ਵਾ ਨਾ ਤਿਆਰ ਹੋ ਗਿਆ ਵਾ ਅਤੇ ਕਲਰ ਚੈੱਕ ਕਰੋ ਮਾਸ਼ਾਅੱਲਾ ਬੜੀ ਘੀਆ ਤੋਰੀ ਜਿਹੜੀ ਆ ਨਾ ਬੜੀ ਪਿਆਰੀ ਤਿਆਰ ਕੀਤੀ ਆ ਅਤੇ ਖਾਣਾ ਖਾਵਾਂਗੇ ਅਤੇ ਜਿਹਨੇ ਜਿਹਨੇ ਸਾਡੇ ਨਾਲ ਖਾਣਾ ਖਾਣਾ ਵਾ ਆਣ ਕੇ ਸਾਡੇ ਨਾਲ ਘੀਆ ਤੋਰੀ ਦੇ ਨਾਲ ਨਾ ਖਾਣਾ ਕੋਈ ਇਹਨਾਂ ਨੂੰ ਨਾ ਸਾਡੇ ਨਾਲ ਖਾਣਾ ਖਾ ਸਕਦੇ ਆ ਅਤੇ ਗੱਲ ਜਿਹੜੀ ਵਿਚਕਾਰ ਰਹਿ ਗਈ ਸੀਗੀ ਅਤੇ ਕੋਈ ਨਾ ਇਹਨੂੰ ਕਹਿੰਦੇ ਆ ਸਬਜ਼ ਤੋਰੀ ਅਤੇ ਕੋਈ ਘੀਆ ਤੋਰੀ ਅਸੀਂ ਇਹਨੂੰ ਘੀਆ ਤੋਰੀ ਸਕਦੇ ਹਾਂ ਅਤੇ ਪਸ਼ਤੋ ਦੇ ਵਿੱਚ ਇਹਨੂੰ ਕੀ ਕਹਿੰਦੇ ਆ ਤੋਰੇ 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 ਅਸਲਾਮੁਅਲੈਕੁਮ ਮੈਂ ਹੁਣ ਬਿਲਾਲ ਅਮੀਰ ਦੀ ਕਟੇ ਆਪ ਖੁਸ਼ ਹੋ ਗਏ ਅੱਜ ਮੈਂ ਚੂਚੇ ਖੋਲੇ ਆ ਇਹ ਦੇਖੇ ਮਜ਼ੇ ਸੇ ਖੇਡ ਰਹੇ ਹੈ ਆਜ ਕੌਣ ਸੀ ਰੈਸਪੀ ਹੈ ਵੋ ਆਪ ਲੋਗੋ ਕੇ ਸਾਥ ਮੁਝੇ ਲਗਤਾ ਹੈ ਬਹੁਤ ਮਜ਼ੇਦਾਰ ਹੋਗੀ ਦੇਖੇਗੇ ਮਜ਼ੇਦਾਰ ਹੋਗੀ ਨਹੀਂ ਹੋਈ ਦੇਖੇਗੇ ਚੂਚੇ ਹੁਣ ਲੜ ਰਹੇ ਹੈ ਇਹ ਦੇਖੋ ਇਹ ਖੋਸ਼ ਹੈ ਇਹ ਕੀ ਹੈ ਇਹ ਦੇਖੋ ਉਸਕੇ ਉਸ ਲੋਕੋ ਕੇ ਬਗਲ ਪੇ ਇਹ ਕੌਣ ਸਾ ਮੁਝੇ ਛੋਟਾ ਵਾਲਾ ਨਹੀਂ ਇਹ ਵਾਲਾ ਇਹ ਮੁਝੇ ਬਹੁਤ ਪਿਆਰਾ ਲੱਗਦਾ ਇਹ ਕਾਟੀ ਵੀ ਕਰਦਾ ਇਹ ਹੈ ਨਾ ਇਸ ਲੋਕੋ ਕੋ ਦਾਣਾ ਪਾਣੀ ਵੀ ਖਿਲਾ ਗਿਆ ਉਸ ਲੋਕੋ ਕੋ ਵੀ ਅਬ ਦੇਖੇਗੇ ਇਸਕੀ ਉਹ ਇਹ ਚੀਜ਼ ਨਹੀਂ ਹੋਤੀ ਹੈ ਨਾ ਇਹ ਵਾਲੀ ਇਕਾ ਸਤਾ ਨਹੀਂ ਇਕਾ ਸਤਾ ਜੀ ਅੱਜ ਨਾ ਉੱਪਰ ਆਈ ਹਾਂ ਅਤੇ ਕੱਪੜੇ ਧੋਣੇ ਸੀਗੇ ਕੱਪੜੇ ਤਾਂ ਇੰਨੇ ਜ਼ਿਆਦਾ ਨਹੀਂ ਹੈਗੇ ਲੇਕਿਨ ਨਾ ਬੱਦਲ ਵੀ ਆ ਮੈਂ ਕਿਹਾ ਨਾਲ ਦੇ ਨਾਲ ਬੰਦਾ ਧੋਵੇ ਨਾ ਅਤੇ ਫਿਰ ਦੂਸਰਾ ਜ਼ਿਆਦਾ ਨਹੀਂ ਜਮ੍ਹਾਂ ਹੁੰਦੇ ਚੂਜ਼ੇ ਜਿਹੜੇ ਆ ਨਾ ਉਹ ਵੀ ਮੈਂ ਖੋਲ੍ਹ ਲਏ ਆ ਮੇਰੀ ਨੂੰਹ ਨੇ ਉੱਪਰਲੀ ਪੋਸ਼ਨ ਦੀ ਸਫਾਈ ਕਰ ਲਈ ਆ ਪਰ ਇਹ ਟੈਰਸ ਜਿਹੜਾ ਵਾ ਨਾ ਉਹ ਵੀ ਉਹਨੇ ਧੋ ਲਿਆ ਵਾ ਅਤੇ ਚੂਜ਼ਿਆਂ ਦੀ ਜਿਹੜੇ ਪਿੰਜਰਾ ਵਾ ਨਾ ਉਹ ਵੀ ਉਹਨੇ ਧੋਤਾ ਵਾ ਅਤੇ ਹੁਣ ਮੈਂ ਕਿਹਾ ਇਹਦੇ ਵਿੱਚ ਮੈਂ ਪਾਣੀ ਪਾ ਲੈਂਦੀ ਹਾਂ ਅਤੇ ਫਿਰ ਕੱਪੜੇ ਨਾ ਉਹਨੇ ਆਪੇ ਧੋ ਲੈਣੇ ਆ ਅਤੇ ਕੱਪੜੇ ਜਿਹੜੇ ਨਾ ਸਫੈਦ ਜਿਹੜੇ ਆ ਉਹ ਮੈਂ ਅਲੱਗ ਕਰਾਂਗੀ ਦੂਸਰੇ ਮੈਂ ਅਲੱਗ ਇਹਨਾਂ ਦੀਆਂ ਨਾ ਢੇਰੀਆਂ ਮੈਂ ਲਾ ਦੂੰਗੀ ਅਤੇ ਫਿਰ ਆਪਣੇ ਆਪ ਨਾ ਉਹ ਪਾਈ ਜਾਏਗੀ ਆਪਣੇ ਹਿਸਾਬ ਨਾਲ ਕਿਉਂ ਰੰਗਦਾਰ ਜਿਹੜੇ ਕੱਪੜੇ ਹੁੰਦੇ ਆ ਨਾ ਉਹ ਬਾਅਦ 'ਚ ਧੋਈਦੇ ਆ ਜਿਹੜੇ ਸਫੈਦ ਉਹ ਪਹਿਲੇ ਅਤੇ ਰਾਤ ਨੂੰ ਤਾਂ ਬੜੀ ਹਨੇਰੀ ਸੀਗੀ ਅਤੇ ਹੁਣ ਤਾਂ ਬੱਦਲ ਆ ਇੱਧਰ ਦੀ ਤਾਂ ਦੂਸਰਾ ਨੀਚੇ ਪੋਸ਼ਨ ਦੀ ਸਫਾਈ ਕਰਨ ਹੋ ਗਈ ਆ ਅਤੇ ਉੱਪਰ ਵੀ ਉਹਨੇ ਕਰ ਲਈ ਆ ਫਿਰ ਮਾਸ਼ਾਅੱਲਾ ਟੈਰਸ 'ਤੇ ਆਏ ਹਾਂ ਅਤੇ ਇਹ ਭਿੰਡੀ ਨਿਕਲੀ ਆ ਇੱਧਰ ਮਿਰਚਾਂ ਮਾਸ਼ਾਅੱਲਾ ਅੱਛੀਆਂ ਖੜੀਆਂ
ਇੱਧਰ ਭਿੰਡੀ ਨਹੀਂ ਨਿਕਲੀ ਅਤੇ ਇਹ ਜਿਹੜੇ ਮਿਰਚਾਂ ਵਾ ਜੀ ਇਹਨਾਂ ਨੂੰ ਮਾਸ਼ਾਅੱਲਾ ਬੂਰ ਵੀ ਲੱਗ ਗਿਆ ਯਾਰ ਇਹ ਨਾ ਦੂਸਰਾ ਅੱਜ ਕੱਲ੍ਹ ਨਾ ਮੌਸਮ ਆ ਜਿਹੜੀ ਚਿੜੀਆਂ ਹੁੰਦੀਆਂ ਪਰਿੰਦੇ ਜਿਹੜੇ ਵੀ ਆ ਨਾ ਇਸ ਮੌਸਮ ਦੇ ਵਿੱਚ ਨਾ ਬੱਚੇ ਕੱਢਦੇ ਆ ਅਤੇ ਇੱਧਰ ਵੀ ਇੱਕ ਨਾ ਗੁਗਲੀ ਜਿਹੜੀ ਆ ਨਾ ਘਰ ਚਿੜੀਆਂ ਨੇ ਬਣਾਇਆ ਵਾ ਅਤੇ ਉਹ ਛੋਟੀ ਜਿਹੀ ਚਿੜੀ ਆ ਬਲੈਕ ਕਲਰ ਦੀ ਅਤੇ ਹੁਣ ਪਤਾ ਨਹੀਂ ਅੰਦਰ ਬੈਠੀ ਹੈ ਜਾਂ ਨਹੀਂ ਲੇਕਿਨ ਉਹਨੇ ਨਾ ਆਪਣਾ ਘਰ ਤਿਆਰ ਕੀਤਾ ਵਾ ਅਤੇ ਇਹਨਾਂ ਵਾਸਤੇ ਨਾ ਅਸੀਂ ਉਹ ਲੈ ਕੇ ਆਏ ਸੀਗੇ ਉਹ ਕੀ ਕੁੱਜੇ ਜਿਹੜੇ ਆ ਉਹ ਲੈ ਕੇ ਆਏ ਸੀ ਲੇਕਿਨ ਨਾ ਆਹ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰਤ ਇਹਨਾਂ ਵਾਸਤੇ ਆ ਨਾ ਉਹ ਅਸੀਂ ਰੱਖੇ ਨਹੀਂ ਸੀ ਅਤੇ ਅੱਜ ਮੈਂ ਕਿਹਾ ਇਹ ਨਾ ਦੂਸਰਾ ਰੱਖ ਲਈਏ ਤਾਂ ਕਿ ਇਹ ਵੀ ਵੱਧ ਜਾਵੇ ਬੱਚੇ ਕੱਢ ਲਵੇ ਕੰਮ ਕੰਮ ਇਹ ਨਾ ਇਸ ਤਰ੍ਹਾਂ ਛੋਟੇ ਛੋਟੇ ਪੀਸ ਕਰਾਂਗੀ ਤਾਂ ਕਿ ਇਹਨਾਂ ਵਾਸਤੇ ਨਾ ਮੁਸ਼ਕਿਲ ਨਾ ਹੋਵੇ
ਇਹ ਜੀ ਜਿਹੜੀ ਪਰਾਲੀ ਸੀ ਨਾ ਇੱਥੇ ਛੋਟੀ ਛੋਟੀ ਕਰਕੇ ਅੰਦਰ ਰੱਖਤੀ ਆ, ਜੇ ਇਹਨਾਂ ਨੇ ਆਪ ਕੁਜੀਆਂ 'ਚ ਰੱਖ ਲਈ ਤਾਂ ਠੀਕ ਹੈ, ਨਹੀਂ ਤਾਂ ਫਿਰ ਸਵੇਰੇ ਆਪ ਅੰਦਰ ਕੁਜੀਆਂ ਦੇ ਵਿੱਚ ਨਾ ਰੱਖ ਕੇ ਰੱਖਾਂਗੇ। ਵੈਸੇ ਤਾਂ ਨਾ ਦੂਸਰਾ ਸੂਰਜ ਜਿਹੜਾ ਵਾ ਨਾ ਕਦੀ ਬਦਲੇ 'ਚ ਚਲਾ ਜਾਂਦਾ, ਕਦੀ ਨਾ ਬਾਹਰ ਨਿਕਲ ਆਉਂਦਾ, ਲੇਕਿਨ ਇਹ ਆ ਹਵਾ ਚੱਲਦੀ ਆ ਨਾ, ਇਸ ਕਰਕੇ ਕੱਪੜੇ ਸੁਕਾਏ ਆ, ਮੈਂ ਆਖਿਆ ਜਲਦੀ ਸੁੱਕ ਜਾਵੇ, ਜੇ ਮਿੱਟੀ ਦੇ ਵਿੱਚ ਫਿਰ ਮਿੱਟੀ ਹੋ ਜਾਣੇ ਆ ਸੁੱਕਣਗੇ, ਅਤੇ ਜਲਦੀ ਜਲਦੀ ਬੰਦਾ ਨਾ ਟਾਈਮਾਂ ਲਾ ਕੇ ਰੱਖ ਲੈਂਦਾ ਕੱਪੜਿਆਂ 'ਤੇ। ਵੈਸੇ ਤਾਂ ਧੁੱਪ ਹੁਣ ਕਾਫੀ ਤੇਜ਼ ਹੁੰਦੀ ਆ, ਫੋਨ ਤੋਂ ਬਗੈਰ ਹੀ ਸੁੱਕ ਜਾਂਦੀ ਆ। ਜੀ ਮਾਸ਼ਾਅੱਲਾ ਕੱਪੜੇ ਨਾ ਸਾਰੇ ਅਸੀਂ ਧੋ ਲਏ ਆ, ਅਤੇ ਬਦਲ ਦੇਖੋ ਕਾਲਾ ਸ਼ਾਹ ਬਦਲ ਆ, ਅਤੇ ਬਾਰਿਸ਼ ਜਿਹੜੀ ਆ ਨਾ, ਹਵਾ ਤਾਂ ਪਹਿਲੇ ਚੱਲਦੀ ਸੀ, ਬਾਰਿਸ਼ ਜਿਹੜੀ ਆ ਨਾ ਉਹ ਵੀ ਸ਼ੁਰੂ ਹੋ ਗਈ ਆ। ਇੱਧਰੋਂ ਬਦਲ ਆਇਆ, ਕਾਲਾ ਸ਼ਾਹ ਬਦਲ ਸੀ ਅਤੇ ਇੱਧਰ ਨੂੰ ਚਲ ਗਿਆ। ਮੇਰੀ ਨੌਂ ਨਾ ਥੱਲੇ ਪੋਸ਼ਣ ਦੀ ਸਫਾਈ ਕਰਨ ਗਈ ਸੀਗੀ, ਅਤੇ ਉਨੀ ਦੇਰ ਦੇ ਵਿੱਚ ਨਾ ਮੈਂ ਹੀ ਲੱਗੀ ਸੀ ਆਹਿਸਤਾ ਆਹਿਸਤਾ, ਅਤੇ ਉਹ ਫਿਰ ਆਈ ਅਤੇ ਉਹਨੇ ਨਾ ਨਾਲ ਕੇ ਨਾਲ ਮਿਲ ਕੇ ਕੱਪੜੇ ਧੁਆਏ, ਧੁਆ ਕੇ ਅਤੇ ਫਿਰ ਨਾ ਇਹ ਮਸ਼ੀਨ ਦੇ ਵਿੱਚ ਨਾਲ ਨਾਲ ਅਸੀਂ ਸੁਕਾਉਂਦੇ ਵੀ ਸੀਗੇ, ਅਤੇ ਤਾਂ ਕਿ ਜਲਦੀ ਨਾ ਕੰਮ ਨਿਬੜ ਜਾਵੇ। ਅਤੇ ਸ਼ੁਕਰ ਅਲਹਮਦੁਲਿਲਾ ਅਸੀਂ ਨਾ ਜਲਦੀ ਜਲਦੀ ਕੱਪੜੇ ਵੀ ਧੋ ਲਏ ਆ, ਅਤੇ ਇੱਧਰੋਂ ਵੀ ਬੱਦਲ ਬਹੁਤ ਹੀ ਆ ਅਤੇ ਬਾਰਿਸ਼ ਵੀ ਨਾ ਤੇਜ਼ ਹੋ ਗਈ ਹੈ। ਜੀ ਕੱਪੜੇ ਕੁਛ ਇੱਧਰ ਉੱਪਰਲੇ ਕਮਰੇ 'ਚ ਨਾ ਸੁੱਕਣੇ ਪਾ ਲਏ ਆ, ਵੈਸੇ ਤਾਂ ਇਹ ਸੁੱਕੇ ਹੀ ਆ, ਅਤੇ ਕੁਛ ਇੱਧਰ ਨਾ ਟੰਗ ਦਿੱਤੇ ਆ, ਅਤੇ ਕੁਛ ਨਾ ਨੀਚੇ ਲੈ ਗਏ ਹਾਂ ਅਸੀਂ, ਅਤੇ ਹੁਣ ਨਾ ਇਹ ਆਪੇ ਇੱਥੇ ਸੁੱਕ ਜਾਣਗੇ, ਟੈਨਸ਼ਨ ਨਹੀਂ ਹੈਗੀ। ਇਸ ਮਸ਼ੀਨ ਦਾ ਨਾ ਸੁਕਾਉਣ ਵਾਲੀ ਮਸ਼ੀਨ ਦਾ ਇਹੀ ਫਾਇਦਾ ਵਾ ਵੀ ਨਾ ਕੱਪੜੇ ਧੋਵੋ ਮਿੰਟਾਂ ਦੇ ਵਿੱਚ ਨਾ ਕੰਮ ਨਿਬੜ ਜਾਂਦਾ ਵਾ। ਮਾਸ਼ਾਅੱਲਾ ਬਾਰਿਸ਼ ਤੇਜ਼ ਹੋ ਗਈ ਆ, ਚੂਚਿਆਂ ਨੂੰ ਨਾ ਬੰਦ ਕਰ ਦਿੱਤਾ, ਇਹ ਨਾ ਇੱਥੇ ਪਿੰਜਰਾ ਰੱਖ ਦਿੱਤਾ, ਮੈਂ ਕਿਹਾ ਬਾਹਰ ਨਾ ਬਾਰਿਸ਼ ਆ ਅਤੇ ਇੱਥੇ ਦੂਸਰਾ ਬੰਨੇ ਰਹਿਣਗੇ, ਮੈਂ ਤਾਂ ਚੱਲੀ ਹਾਂ ਹੁਣ ਨੀਚੇ। ਵੱਲੋਂ ਮੇਰਾ ਇਹ ਸੀ, ਅਗਰ ਮੇਰਾ ਵੱਲੋਂ ਪਸੰਦ ਆਇਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ, ਲਾਈਕ ਕਰੇ, ਸ਼ੇਅਰ ਜ਼ਰੂਰ ਕਰੇ। ਇਸੇ ਦੇ ਨਾਲ ਆਪਣੀ ਭੈਣ ਨੂੰ ਦਿਓ ਇਜਾਜ਼ਤ, ਅਤੇ ਇਸਦੇ ਨਾਲ ਸਬਸਕ੍ਰਾਈਬ ਵੀ ਨਹੀਂ ਭੁੱਲਣਾ, ਅਤੇ ਕਮੈਂਟ ਜਿਹੜਾ ਨਾ ਉਹ ਵੀ ਤੁਸੀਂ ਛੋਟਾ ਜਿਹਾ ਇੱਕ ਲਾਜ਼ਮੀ ਤੁਸੀਂ ਕਰਨਾ ਵਾ, ਕਿਉਂ ਇਹਦੇ ਨਾਲ ਹੀ ਜਦੋਂ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਕਮੈਂਟ ਕਰਦੇ ਹੋ ਸਾਨੂੰ ਬੜੀ ਖੁਸ਼ੀ ਹੁੰਦੀ ਆ, ਇਹ ਤੁਹਾਡੇ ਨਾਲ ਤਾਂ ਸਾਡੀਆਂ ਬਹਾਰਾਂ ਹੈਗੀਆਂ, ਤੁਹਾਡੇ ਤੋਂ ਬਗੈਰ ਅਸੀਂ ਕੁਛ ਵੀ ਨਹੀਂ ਹੈਗੇ, ਅਤੇ ਸਾਡੀ ਵੀਡੀਓ ਪੂਰੀ ਦੇਖਿਆ ਕਰੋ, ਕਿਉਂ ਮੈਂ ਅਸੀਂ ਸਾਰਾ ਦਿਨ ਤੁਹਾਡੇ ਵਾਸਤੇ ਨਾ ਮਿਹਨਤ ਕਰਦੇ ਹਾਂ ਵੀ ਅੱਛੀ ਤੋਂ ਅੱਛੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈਏ, ਅਤੇ ਤੁਸੀਂ ਸਾਡੀ ਵੀਡੀਓ ਨਾ ਲਾਜ਼ਮੀ ਦੇਖਣੀ ਆ ਅਤੇ ਪੂਰੀ ਦੇਖਣੀ ਆ, ਅਤੇ ਕਮੈਂਟ ਲਾਜ਼ਮੀ ਕਰਨਾ, ਇਹ ਨਹੀਂ ਭੁੱਲਣਾ ਤੁਸੀਂ। ਇਸੇ ਦੇ ਨਾਲ ਆਪਣੀ ਭੈਣ ਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।